ਕਿੱਥੇ ਗਏ ਪੁਰਾਣੀਆਂ ਸਰਕਾਰਾਂ ਦੇ ਵੱਡੇ ਵੱਡੇ ਦਾਅਵੇ। ਹੱਥ ਦੇ ਵਿੱਚ ਪਵਿੱਤਰ ਗੁਟਕਾ ਸਾਹਿਬ ਫੜ ਕੇ ਚਾਰ ਹਾਥਿਆਂ ਵਿੱਚ ਨਸ਼ਾ ਖਤਮ ਕਰਨ ਦੀਆਂ ਗੱਲਾਂ। ਕਿੱਥੇ ਗਿਆ ਪੁਰਾਣੀਆਂ ਸਰਕਾਰਾਂ ਦੀਆਂ ਇਹ ਗੱਲਾਂ ਕਿ ਅਸੀਂ ਵੱਡੇ ਮਗਰ ਮੱਛਾਂ ਨੂੰ ਫੜਾਂਗੇ, ਤੇ ਕਿੱਥੇ ਗਏ ਨਵੀਂ ਸਰਕਾਰ ਦੇ ਵੀ ਦਾਅਵੇ ਕਿ ਨਸ਼ਾ ਤਸਕਰਾਂ ਤੇ ਫੇਰਾਂਗੇ ਝਾੜੂ। ਕਿਉਂਕਿ ਆਏ ਦਿਨ ਜਿਹੜੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੇ ਨੇ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੀ ਜਾ ਰਹੀ ਹੈ। ਆਏ ਦਿਨ ਕੋਈ ਨਾ ਕੋਈ ਪੁੱਤ ਇਸ ਜਹਾਨੋਂ ਤੁਰ ਰਿਹਾ। ਲਗਾਤਾਰ ਨਸ਼ੇ ਦੀ ਓਵਰਡੋਜ਼ ਦੇ ਕਾਰਨ, ਨਸ਼ਾ ਨਾ ਮਿਲਣ ਦੇ ਕਾਰਨ ਲਗਾਤਾਰ ਜਵਾਨੀ ਪੰਜਾਬ ਦੀ ਖਤਮ ਹੁੰਦੀ ਜਾ ਰਹੀ ਹੈ। ਤਾਜ਼ੀਆਂ ਤਸਵੀਰਾਂ ਤਰਨ ਤਾਰਨ ਦੇ ਪਿੰਡ ਜੋੜ ਸਿੰਘ ਤੋਂ ਸਾਹਮਣੇ ਆਈਆਂ, ਜਿੱਥੇ ਕਿ ਇੱਕ ਨੌਜਵਾਨ ਮੁੰਡਾ ਨਸ਼ੇ ਦਾ ਟੀਕਾ ਲਗਾਉਣ ਕਰਕੇ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਹੈ, ਉੱਥੇ ਹੀ ਪੂਰਾ ਪਿੰਡ ਇਸ ਗੱਲ ਨੂੰ ਲੈ ਕੇ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਕਿ ਜੇਕਰ ਅੱਜ ਕਿਸੇ ਮਾਂ ਦਾ ਪੁੱਤ ਨਸ਼ੇ ਕਰਕੇ ਮਰ ਸਕਦਾ ਤਾਂ ਸਾਡੇ ਪੁੱਤ ਵੀ ਪਿੰਡਾਂ ਦੇ ਵਿੱਚ ਰਹਿੰਦੇ ਨੇ, ਜੇਕਰ ਨਸ਼ੇ ਨੂੰ ਖਤਮ ਨਾ ਕੀਤਾ ਤਾਂ ਕਿਸੇ ਵਕਤ ਵੀ ਕਿਸੇ ਦੀ ਵੀ ਵਾਰੀ ਆ ਸਕਦੀ ਹੈ। ਉੱਥੇ ਹੀ ਵੱਡੇ ਪੁਲਿਸ ਅਧਿਕਾਰੀ ਵੀ ਪਿੰਡ ਦੇ ਵਿੱਚ ਪਹੁੰਚੇ, ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਤਾਂ ਪਿੰਡ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਕਿ ਨਸ਼ਾ ਵੱਡੇ ਪੱਧਰ ਤੇ ਫੈਲ ਰਿਹਾ, ਇਸਦੇ ਉੱਤੇ ਠੱਲ ਪਾਈ ਜਾਵੇ। ਆਏ ਦਿਨ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਨੇ ਤੇ ਇਸ ਸੰਸਾਰ ਨੂੰ ਛੱਡ ਕੇ ਜਾ ਰਹੇ ਨੇ। ਉੱਥੇ ਹੀ ਇਸ ਪੀੜਤ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ, ਆਓ ਸੁਣਦੇ ਹਾਂ। ਬੜੇ ਦੁੱਖਦਾਈ ਘਟਨਾ ਵਾ ਇਹ, ਸਾਡੇ ਪਿੰਡ ਵਾਸਤੇ ਨਹੀਂ, ਇਕੱਲੇ ਇਲਾਕੇ ਵਾਸਤੇ, ਸਾਰੇ ਪੰਜਾਬ ਵਾਸਤੇ ਬੜੀ ਵੱਡੀ ਦੁੱਖ ਵਾਲੀ ਘਟਨਾ ਵਾ। ਜਿੱਥੇ ਪੰਜਾਬ ਗੌਰਮੈਂਟ ਨੇ ਪੁਲਿਸਾਂ ਨੂੰ ਸੰਦੇਸ਼ ਦਿੱਤੇ ਆ ਵੀ ਹਾਂ ਤਕੜੇ ਹੋ ਕੇ ਨਸ਼ੇ 'ਤੇ ਠੱਲ ਪਾਓ, ਪਰ ਅਫਸੋਸ ਦੀ ਗੱਲ ਇਹ ਆ ਵੀ ਕਈ ਵਾਰ ਕਹਿਣ ਦੇ ਬਾਵਜੂਦ ਵੀ ਇਹ ਸਾਡੇ ਪਿੰਡ ਦਾ ਜਿਹੜਾ ਮਣੀ ਅਤੇ ਉਹਦਾ ਪਿਓ, ਇਹ ਸ਼ਰੇਆਮ ਨਸ਼ਾ ਵੇਚ ਰਹੇ ਸੀ ਅਤੇ ਸ਼ਰੇਆਮ ਲੈਣਾ ਲੱਗੀਆਂ ਸੀ। ਅਤੇ ਅਸੀਂ ਕਈ ਦਿਨਾਂ ਤੋਂ ਇੰਨੇ ਜ਼ਿਆਦਾ ਦੁਖੀ, ਬਾਬੇ ਰਾਜਾ ਰਾਮ ਦੇ ਸਥਾਨ 'ਤੇ ਮੇਲਾ ਚੱਲ ਰਿਹਾ, ਸਾਰੀ ਸੰਗਤ ਹੀ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਇੱਕ ਗੱਲ ਕਹਿ ਰਿਹਾ ਸੀ ਵੀ ਇਹ ਗਲਤ ਹੋ ਰਿਹਾ, ਇਹ ਸ਼ਾਇਦ ਮੇਲਾ ਸਾਡੇ ਵਾਸਤੇ ਚੰਗਾ ਨਹੀਂ ਆਉਣਾ। ਉਹੀ ਗੱਲ ਹੋਈ ਹੈ ਕਿ ਮੇਲੇ ਵਾਲੇ ਦਿਨ ਸਵੇਰੇ ਸਵੇਰੇ ਇੱਕ ਨੌਜਵਾਨ ਸੁਰਜੀਤ ਸਿੰਘ ਨੇ ਟੀਕਾ ਲਾ ਕੇ ਜਿਹੜਾ ਉਹਨਾਂ ਦੀ ਮੌਤ ਹੋ ਗਈ। ਬਹੁਤ ਦੁੱਖ ਵਾਲੀ ਘਟਨਾ ਵਾ, ਗਰੀਬ ਪਰਿਵਾਰ ਆ। ਅਤੇ ਅੱਜ ਪੁਲਿਸ SSP ਆਏ ਸੀ, ਉਹਨਾਂ ਨੂੰ ਸਾਡੀ ਇਹੀ ਬੇਨਤੀ ਸੀ ਵੀ ਇਕੱਲੇ ਪਿੰਡ ਦੀ ਗੱਲ ਨਹੀਂ ਆ, ਪੂਰੇ ਪੰਜਾਬ ਦੀ ਗੱਲ ਆ। ਅਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਪੁਲਿਸਾਂ ਇਹ ਸਰਕਾਰਾਂ 'ਤੇ ਕਹਿ ਰਹੀਆਂ ਫੜੋ, ਅਤੇ ਉਹ ਕਹਿ ਰਹੇ ਨੰਬਰ ਵੀ ਅਸੀਂ ਦਿੱਤਾ ਹੈ, ਨੰਬਰ ਦੇ ਰਹੇ, ਪਿੰਡਾਂ ਦੇ ਵਿੱਚ ਬੁਨਿਆਦੀ ਹੋਵੇ, ਪਿੰਡਾਂ ਦੇ ਵਿੱਚ ਪੀਪੇ ਵੱਜਣ, ਜਿਹੜਾ ਬੰਦਾ ਨਸ਼ਾ ਵੇਚਦਾ ਹੈ ਉਹਨੂੰ ਫੜਿਆ ਜਾਵੇ, ਜਿਹੜਾ ਨਾਂ ਦੱਸੇ ਉਹਦਾ ਨਾਂ ਗੁਪਤ ਰਵੇ ਅਤੇ ਬੰਦੇ ਨੂੰ ਫੜਿਆ ਜਾਵੇ। ਜੇ ਇਸ ਤਰ੍ਹਾਂ ਐਕਸ਼ਨ ਹੋਵੇ, ਇੱਕ ਬੰਦਾ ਜੇ ਪਿੰਡ ਦੇ ਵਿੱਚ ਇੱਕ ਮੋਹਦਵਾਰ ਜਾ ਕੇ ਕਹਿੰਦਾ ਹੈ ਥਾਣੇਦਾਰ ਨੂੰ ਵੀ ਸਾਡਾ ਫਲਾਣਾ ਬੰਦਾ ਵੇਚ ਰਿਹਾ ਹੈ ਨਸ਼ਾ, ਤਾਂ ਪੁਲਿਸ ਇੱਕ ਸਿਪਾਹੀ ਨਹੀਂ ਆ ਸਕਦਾ? ਇਹ ਕੀ ਮਤਲਬ ਪੰਜਾਬ ਗੌਰਮੈਂਟ ਜਾਂ ਜਿਹੜੀ ਪੁਲਿਸ ਆ ਇਹਦਾ ਕੀ ਐਕਸ਼ਨ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਪਿੰਡ ਦਾ, ਇਹ ਨਹੀਂ ਕੋਈ ਨਜਾਇਜ਼ ਕਿਸੇ ਦੀ ਗੱਲ ਕਰੇ, ਪੁਲਿਸ ਇਨਕੁਆਇਰੀ ਤਾਂ ਕਰੇ ਆਗੇ। ਜੇ ਕਿਸੇ ਦਾ ਨਾਂ ਇੱਕ ਮੋਹਦਵਾਰ ਨੇ ਜਾਂ ਕਿਸੇ ਬੰਦੇ ਨੇ ਜਾ ਕੇ ਦਿੱਤਾ ਹੈ ਤਾਂ ਉਹਦੀ ਇਨਕੁਆਇਰੀ ਕਰਨ, ਆ ਕੇ ਇਨਕੁਆਇਰੀ ਕਰਨ, ਜੇ ਉਹ ਬੰਦਾ ਜਾਇਜ਼ ਹੈ ਤਾਂ ਉਹਨੂੰ ਫੜਨ। ਪੁਲਿਸਾਂ ਕਾਹਦੇ ਵਾਸਤੇ? ਇਹਨਾਂ ਦੇ ਗੁਪਤੀ ਤੰਤਰ ਵੀ ਹੈਗੇ ਆ, ਇਹਨਾਂ ਕੋਲ CID ਵੀ ਹੈਗੀ ਹੈ। ਅਤੇ ਇਸ ਕਰਕੇ ਪੁਲਿਸ ਨੂੰ ਬੇਨਤੀ ਹੈ ਵੀ, ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਹਰ ਪਿੰਡ ਦੇ ਵਿੱਚ ਇੱਕ ਚੌਂਕ 'ਤੇ ਨੰਬਰ ਲੱਗੇ, ਹਰ ਬੰਦੇ ਨੂੰ ਇਹ ਦੱਸਿਆ ਜਾਵੇ ਆਪਣੇ ਗੁਪਤ ਬੰਦੇ ਛੱਡਣ ਜਿਹੜੇ ਇਸ ਤਰ੍ਹਾਂ ਸ਼ਰੇਆਮ ਨਸ਼ਾ ਵੇਚੀ ਜਾਣ ਡਏ ਆ। ਸ਼ਰੇਆਮ ਸਾਡੇ ਬਾਬੇ ਦੀ ਝੀੜੀ ਆ, ਇੱਥੇ ਇੱਥੇ ਲੁੱਕ ਵੀ ਹੈਗੀ ਆ, ਉੱਥੋਂ ਟੀਕਾ ਲਾਇਆ ਇਹਨੇ ਤਾਂ ਦੱਸਦੇ। ਇੱਥੋਂ ਤੱਕ ਇਹਨੇ ਸਹੂਲਤ ਦੇ ਤੀ ਨਸ਼ੇ ਵਾਲਿਆਂ ਨੂੰ ਵੀ ਘੋਲ ਕੇ ਸਿਰਿੰਜ ਭਰ ਕੇ ਦੇ ਦਿੰਦਾ ਸੀ,
ਵੀ ਹਾਂ ਤੂੰ 50 ਰੁਪਈਆਂ ਦਾ ਵੀ ਲੈ ਜਾ ਅਤੇ ਚੱਲ ਲੈ ਜਾ ਭੱਜ ਕੇ ਅਤੇ ਆਪਦਾ ਲਾ ਲਾ। ਜਿਹੜਾ ਹੁਣ ਸਰਿੰਜਾਂ ਘੋਲ ਘੋਲ ਦੇਣ ਡਿਆ ਮੌਤ ਵੰਡਣ ਡਿਆ, ਅਤੇ ਇਹੋ ਜਿਹੇ ਮੌਤ ਦੇ ਸੌਦਾਗਰ ਨੂੰ ਜਿਹੜਾ ਫੜਿਆ ਵਾ, ਪਰ ਅਫਸੋਸ ਦੀ ਗੱਲ ਹੈ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਫੜਿਆ, ਇਹ ਪਹਿਲਾਂ ਫੜਨਾ ਚਾਹੀਦਾ ਸੀ। ਕਹਿਣਾ ਸਰ, ਜਦੋਂ ਕੱਲ੍ਹ ਦਾ ਇਸ ਪਿੰਡ ਜੋੜ ਸਿੰਘ ਵਾਲੇ ਘਟਨਾ ਵਾਪਰੀ ਆ, ਸਾਡਾ ਨੌਜਵਾਨ ਵੀਰ ਸੀਗਾ 22 ਸਾਲ ਦੀ ਉਮਰ ਸੁਰਜੀਤ ਸਿੰਘ, ਉਹ ਜੋ ਪੰਜਾਬ ਦੇ ਵਿੱਚ ਨਸ਼ੇ ਦਾ ਐਡਾ ਕਹਿਰ ਚੱਲ ਰਿਹਾ ਹੈ, ਉਹਦੀ ਓਵਰਡੋਜ ਦੇ ਕਾਰਨ ਉਹਦੀ ਮੌਤ ਹੋ ਗਈ ਸੀ, ਛੋਟੀ ਜਿਹੀ ਬੱਚੀ ਆ। ਪਰ ਕੱਲ੍ਹ ਦਾ ਜੋ ਅਸੀਂ ਤੁਰੰਤ ਪੁਲਿਸ ਨੂੰ ਫੋਨ ਕੀਤਾ, ਹਰਕਤ ਜਾ ਕੇ ਮਾਣਯੋਗ ਐਸ ਐਸ ਸਾਹਿਬ ਨੇ ਉਹ ਤਫਤੀਸ਼ ਕੀਤੀ ਆ, ਜਿਹੜੇ ਬੰਦਿਆਂ ਦੇ ਨਾਂ ਦਿੱਤੇ ਸੀ, ਵਿੱਕਰ ਪੁੱਤਰ ਵੀਰ ਸਿੰਘ ਅਤੇ ਮਣੀ, ਦੋਵੇਂ ਚਾਚਾ ਭਤੀਜਾ ਵੀ ਆ ਅਤੇ ਪਿਓ ਪੁੱਤ ਵੀ ਆ, ਉਹਨਾਂ ਦੇ ਖਿਲਾਫ ਜੋ ਐਕਸ਼ਨ ਤੁਰੰਤ ਕੱਲ੍ਹ ਪੁਲਿਸ ਨੇ ਲਿਆ ਹੈ, ਜੇ ਕਿਤੇ ਪਹਿਲੋਂ ਇਹੋ ਜਿਹਾ ਐਕਸ਼ਨ ਸਰਕਾਰ ਜਾਂ ਪੁਲਿਸ ਲਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਘਰ ਦਾ ਚਿਰਾਗ ਨਾ ਬੁਝੇ, ਕਿਸੇ ਭੈਣ ਦਾ ਭਰਾ ਨਾ ਜਾਵੇ, ਕਿਸੇ ਪਤਨੀ ਦਾ ਸੁਹਾਗ ਨਾ ਉਜੜੇ। ਸਾਡੀ ਰਿਕੁਐਸਟ ਵੀ ਆ, ਬੇਨਤੀ ਵੀ ਆ, ਠੀਕ ਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ, ਪਰ ਗਰਾਊਂਡ ਲੈਵਲ 'ਤੇ ਸਾਨੂੰ ਵੀ ਪਿੰਡਾਂ ਵਾਲਿਆਂ ਨੂੰ ਸੁਚੇਤ ਹੋ ਕੇ ਆਪਣੇ ਮੁਫਾਦਾਂ ਤੋਂ ਉੱਪਰ ਉੱਠ ਕੇ, ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਅੱਜ ਕਾਰਜ ਕੀਤਾ ਹੈ ਇਹ ਆਉਣ ਵਾਲੇ ਸਮੇਂ 'ਚ ਵੀ ਕਰੀਏ, ਅਤੇ ਪਿੱਛੇ ਕਰਦੇ ਤਾਂ ਅਸੀਂ ਇੰਨੇ ਘਾਟੇ 'ਚ ਨਹੀਂ ਸੀ ਜਾਣਾ। ਇਸ ਕਰਕੇ ਅੱਜ ਮਾਣਯੋਗ ਐਸ ਐਸ ਪੀ ਆਏ ਆ, ਉਹਨਾਂ ਨੇ ਆਸ਼ਵਾਸਨ ਦਵਾਇਆ ਹੈ ਕਿ ਇਹ ਜਿਹੜਾ ਮੁੰਡਾ ਆ, ਵੇਖੋ ਇੱਕ ਹੋਰ ਗੱਲ ਹੈ, ਨਿਰਾ ਆਪਾਂ ਇਹਨੂੰ ਨਹੀਂ ਕਹਿਣਾ ਕਿ ਵਿੱਕਰ ਸਿੰਘ, ਵਿੱਕਰ ਸਿੰਘ ਦੇ ਪਿੱਛੇ ਕੌਣ ਹੈ? ਬੈਕਗਰਾਊਂਡ ਬੜਾ ਤਕੜਾ ਜੀ, 1-1.5 ਲੱਖ ਦੀ ਰੋਜ਼ ਦੀ ਸਪਲਾਈ ਹੁੰਦੀ ਆ, ਵਿੱਕਰ ਸਿੰਘ ਦੇ ਪਿੱਛੇ ਬੈਕਗਰਾਊਂਡ ਕੌਣ ਹੈ, ਉਹਦੇ ਪਿੱਛੇ ਕੌਣ ਖੜਾ ਹੈ, ਉੱਥੋਂ ਤੱਕ ਪਹੁੰਚਿਆ ਜਾਵੇ, ਤਹਿਕੀਕਾਤ ਕੀਤੀ ਜਾਵੇ। ਜਿਹੜਾ ਮੁੰਡਾ ਫਰਾਰ ਹੈ ਮਨਦੀਪ ਸਿੰਘ ਮਣੀ, ਅੱਜ ਤੋਂ ਹੁਣ ਤੋਂ ਸਿਰਫ 3 ਘੰਟੇ ਪਹਿਲਾਂ ਸਟੇਟਸ ਲਾਉਣ ਦਿਆ ਮੋਬਾਈਲ 'ਤੇ ਵੀ ਅਸੀਂ ਆਹ ਕਰ ਦਾਂਗੇ, ਮੈਂ ਆਹ ਕਰ ਦੂੰਗਾ। ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਕੋਈ ਹੋਰ ਦੁਰਘਟਨਾ ਵਾਪਰਨ ਤੋਂ ਪਹਿਲਾਂ ਤੁਰੰਤ ਉਸ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ, ਅਤੇ ਚੰਗੀ ਤੋਂ ਚੰਗੀ ਵੱਧ ਤੋਂ ਵੱਧ ਜਿਹੜੀ ਕਾਨੂੰਨੀ ਸਜ਼ਾ ਬਣਦੀ ਆ ਉਹ ਦਿੱਤੀ ਜਾਵੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਮਾੜੀ ਦੁਰਘਟਨਾ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਰਕਾਰਾਂ ਅੱਗੇ ਅਤੇ ਪ੍ਰਸ਼ਾਸਨ ਅੱਗੇ ਇਹੀ ਹੱਥ ਜੋੜਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਦੁੱਖਦਾਈ ਵਾਲੀ ਗੱਲ ਹੋਈ ਆ ਕਿ ਸਰਜੀਤ ਸਿੰਘ ਪੁੱਤਰ ਦੁੱਲਾ ਸਿੰਘ ਦੀ ਜਿਹੜੀ 24 ਸਾਲ ਦਾ ਜਵਾਨ ਸੀਗਾ, ਨਸ਼ੇ ਦੀ ਓਵਰਡੋਜ਼ ਕਾਰਨ ਉਹਦੀ ਮੌਤ ਹੋਈ ਆ, ਤਾਂ ਪ੍ਰਸ਼ਾਸਨ ਨੂੰ ਅਤੇ ਪੁਲਿਸ ਨੂੰ ਅਤੇ ਜਿਹੜੀਆਂ ਮੌਜੂਦਾ ਸਰਕਾਰਾਂ ਉਹਨਾਂ ਅੱਗੇ ਬੇਨਤੀ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਛੋਟੇ ਮੋਟੇ ਕੰਮ ਕਰਦੇ ਆ, ਸਿੰਥੈਟਿਕ ਨਸ਼ਾ ਬਣਾ ਬਣਾ ਕੇ ਵੇਚਦੇ ਆ, ਤਾਂ ਬਹੁਤ ਜਿਹੜੇ ਨੌਜਵਾਨ ਆ ਉਹ ਬਿਲਕੁਲ ਕੁਰਾਹੇ ਪੈ ਗਏ ਆ, ਤਾਂ ਉਹਨਾਂ 'ਤੇ ਰੋਕ ਲਾਈ ਜਾਵੇ, ਛਾਪੇਮਾਰੀ ਕੀਤੀ ਜਾਵੇ, ਤਾਂ ਵੱਧ ਤੋਂ ਵੱਧ ਜਿਹੜਾ ਅੱਜ ਮਾਣਯੋਗ ਐਸ ਐਸ ਪੀ ਸਾਹਿਬ ਪਹੁੰਚੇ ਇੱਥੇ ਪਿੰਡ ਜੋੜ ਸਿੰਘ ਵਾਲੇ, ਬਿਲਕੁਲ ਜੀ, ਐਸ ਐਸ ਪੀ ਸਾਹਿਬ ਆਏ ਆ, ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਪਿੰਡ ਦੀ ਸਾਰ ਲਈ ਆ ਕੇ। ਐਸ ਐਚ ਓ ਸਾਹਿਬ ਨੇ ਵੀ ਕੱਲ੍ਹ ਬਹੁਤ ਛੇਤੀ ਜਿਹੜਾ ਐਕਸ਼ਨ ਲਿਆ, ਜਿਹਦੇ ਵਿੱਚ ਉਹ ਵਿੱਕਰ ਸਿੰਘ ਜਿਹੜਾ ਮੌਜੂਦਾ ਫੜਿਆ ਗਿਆ, ਤਾਂ ਮਣੀ ਜਿਹੜਾ ਹਜੇ ਫਰਾਰ ਆ ਉਹਨੂੰ ਵੀ ਛੇਤੀ ਜਿਹੜਾ ਫੜ ਲੈਣਗੇ। ਤਾਂ ਐਸ ਐਸ ਪੀ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਨੰਬਰ ਪਿੰਡਾਂ ਵਿੱਚ ਲਾਵਾਂਗੇ, ਵੰਡਾਂਗੇ, ਤਾਂ ਵੱਧ ਤੋਂ ਵੱਧ ਜਿੰਨਾ ਵੀ ਅਸੀਂ ਸਾਥ ਦੇਵਾਂਗੇ। ਤਾਂ ਪਿੰਡਾਂ ਵਾਲਿਆਂ ਨੂੰ ਵੀ ਇਹਨਾਂ ਅਪੀਲ ਕੀਤੀ ਆ ਕਿ ਤੁਸੀਂ ਵੀ ਸਾਡਾ ਸਾਥ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਜੀ ਡਰੱਗ ਓਵਰਡੋਜ਼ ਨਾਲ ਸੁਰਜੀਤ ਸਿੰਘ ਪੁੱਤਰ ਸਰਦੂਲ ਸਿੰਘ ਉਹਨਾਂ ਦੀ ਮੌਤ ਹੋਈ ਹੈ, ਅਤੇ ਮੈਂ ਆਇਆ ਸੀ ਅੱਜ ਪਿੰਡ ਵਿਜ਼ਿਟ ਕਰਨ, ਔਰ ਪਿੰਡ ਵਾਲਿਆਂ ਨਾਲ ਗੱਲ ਵੀ ਹੋਈ ਹੈ, ਪਹਿਲੇ ਵੀ 3-4 ਮੌਤਾਂ ਹੋਈਆਂ, ਲੇਕਿਨ ਉਹ ਇਹਨਾਂ ਨੇ ਪਿੰਡ ਲੈਵਲ 'ਤੇ ਹੀ ਦਬਦੁਬ ਲਈਆਂ, ਕੋਈ ਐਡਮਿਨਿਸਟ੍ਰੇਸ਼ਨ ਨੂੰ ਤਲਾਹ ਨਹੀਂ ਸੀ ਮਿਲੀ। ਪਰ ਐਤਕੀ ਜਿਹੜੀ, ਕਿਉਂਕਿ ਇਹ ਬੱਚਾ, ਇਹਦੇ ਪੇਰੈਂਟਸ ਦੀ ਵੀ ਡੈਥ ਹੋਈ ਹੋਈ ਸੀ ਸੁਰਜੀਤ ਦੇ, ਔਰ ਛੋਟੀ ਬੇਟੀ ਹੈ, ਵਿਆਹਿਆ ਸੀਗਾ, ਅਤੇ ਕੋਈ ਜ਼ਮੀਨ ਜਾਇਦਾਦ ਵੀ ਹੈ ਨਹੀਂ, ਬਸ ਨਸ਼ੇ ਦੀ ਲੱਤ ਨੇ ਇਹਦੀ ਜਿਹੜੀ ਆ ਜਾਨ ਲੈ ਲਈ। ਔਰ ਇਸ ਕਰਕੇ ਹੁਣ ਜਿਹੜੇ ਆ ਪਿੰਡ ਵਾਲਿਆਂ ਨੇ ਨਾਮ ਦੱਸੇ ਸੀ ਕਿ ਕੱਲ੍ਹ ਜਿਹੜੇ ਨਸ਼ਾ ਸਪਲਾਈ ਕਰਦੇ ਉਹਦੇ 'ਚ ਵਿੱਕਰ ਅਤੇ ਇੱਕ ਮਨਪ੍ਰੀਤ ਮਨੀ ਹੈਗਾ, ਮਨ ਵਿੱਕਰ ਨੂੰ ਤਾਂ ਪਰਚਾ ਦੇ ਕੇ ਅਸੀਂ ਮੌਕੇ 'ਤੇ ਫੜ ਲਿਆ ਸੀਗਾ, ਅਤੇ ਮਨੀ ਜਿਹੜਾ ਹੈਗਾ ਉਹ ਜੈਪੁਰ ਨੂੰ ਵੀ ਜਲਦੀ ਅਰੈਸਟ ਕਰ ਲਵਾਂਗੇ।
ਔਰ ਮੈਂ ਅਸੀਂ ਗੱਲ ਕਰਦੇ ਹਾਂ ਜੀ ਜਿਹੜੀ ਪਿੰਡਾਂ 'ਚ ਸਾਡੀ VDS ਜਿਹੜੀਆਂ ਵਿਲੇਜ ਡਿਫੈਂਸ ਕਮੇਟੀ ਦੀਆਂ ਹੈਗੀਆਂ ਉਹਨਾਂ ਨਾਲ ਵੀ, ਤਾਂ ਇਹੀ ਅਪੀਲ ਕਰਦੇ ਹਾਂ ਕਿ ਜੇ ਕੋਈ ਡੀ ਐਡਿਕਸ਼ਨ ਸੈਂਟਰ 'ਚ ਜਾਣਾ ਚਾਹੁੰਦਾ ਅਸੀਂ ਪ੍ਰਸ਼ਾਸਨਿਕ ਤੌਰ 'ਤੇ ਉਹਦੀ ਮਦਦ ਕਰਕੇ ਉਹਨੂੰ ਡੀ ਡਿਕਟ ਕਰਾ ਸਕਦੇ ਹਾਂ। ਜੇ ਕੋਈ ਕਿਸੇ ਨੂੰ ਪਤਾ ਲੱਗਦਾ ਫਲਾਣੇ ਪਿੰਡ 'ਚ ਕੋਈ ਨਸ਼ਾ, ਉਹਨੂੰ ਪਿੰਡ ਲੈਵਲ 'ਤੇ ਨਾ ਖਤਮ ਕੀਤਾ ਜਾਵੇ ਜਾਂ ਦਬਾਇਆ ਜਾਵੇ ਜਾਂ ਲੋਕਾਂ ਨੂੰ ਉਹ ਪਿੰਡ ਦੀ ਨਹੀਂ, ਇਹ ਤਾਂ ਜਿਹੜੀ ਹੁਣ ਨਾ ਜੀ ਪੰਜਾਬ ਲੈਵਲ ਕੀ ਪੂਰਾ ਦੀ ਗੱਲ ਹੈ, ਔਰ ਉਸ ਨਸ਼ਾ ਵੇਚਣ ਵਾਲਿਆਂ ਦਾ ਆਪਾਂ ਸਾਥ ਨਾ ਦਈਏ ਜਾਂ ਪਿੰਡ ਲੈਵਲ 'ਤੇ ਨਾ ਕਰੀਏ, ਪ੍ਰਸ਼ਾਸਨ ਨੂੰ ਦੱਸ ਕੇ ਫੌਰੀ ਤੌਰ 'ਤੇ ਉਹਨਾਂ ਦੇ ਖਿਲਾਫ਼ ਕਾਰਵਾਈ ਸ਼ੁਰੂ ਕਰਾਈਏ। ਸਰ ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਵਾਰ ਵਾਰ ਪੁਲਿਸ ਨੂੰ ਕਹਿਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਤੱਕ ਤੁਹਾਡੇ? ਨਹੀਂ, ਕਾਰਵਾਈ ਜਦੋਂ ਪੁਲਿਸ ਨੂੰ ਦੱਸਿਆ ਗਿਆ ਜੀ, ਤੁਹਾਡੇ ਸਾਹਮਣੇ ਹੀ ਖੜ੍ਹੇ ਹਾਂ, ਇਹਨਾਂ ਨੇ ਕਿਹਾ ਕਿ ਪਹਿਲੇ ਜਿਹੜੀਆਂ ਮੌਤਾਂ ਹੋਈਆਂ ਸੀਗੀਆਂ ਉਹ ਅਸੀਂ ਨਹੀਂ ਸੀ ਦੱਸਿਆ, ਪਿੰਡ ਲੈਵਲ 'ਤੇ ਹੀ ਕਰਾ ਲਈਆਂ, ਪਰ ਕੱਲ੍ਹ ਜਿਹੜੀ ਮੌਤ ਹੋਈ ਸੀ ਇਹਦੇ ਬਾਰੇ ਜਦੋਂ ਇਤਲਾਹ ਮਿਲੀ ਹੈ ਫੌਰਨ ਤੌਰ 'ਤੇ SHO ਸਾਹਿਬ ਨੇ ਆ ਕੇ ਪਰਚਾ ਦੇ ਕੇ ਤਾਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੋਨਾਂ 'ਚੋਂ, ਔਰ ਇੱਕ ਭੱਜਿਆ ਹੋਇਆ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਾਂਗੇ। ਇਸ ਤੋਂ ਪਹਿਲੇ ਸਾਡੇ ਸਾਹਮਣੇ ਪਿੰਡ ਵਾਲੇ ਖੜ੍ਹੇ ਜੀ, ਇਹਨਾਂ ਨੇ ਆਪ ਦੱਸਿਆ ਵੀ ਅਸੀਂ ਕੋਈ ਇਤਲਾਹ ਨਹੀਂ ਸੀ ਦਿੱਤੀ ਪਿੰਡ ਲੈਵਲ 'ਤੇ ਖਤਮ ਕਰਨ ਦੀ, ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਨਸ਼ਾ ਵੇਚਦੇ, ਅਤੇ ਇਹ ਅਸੀਂ ਚੀਜ਼ ਨਹੀਂ ਚੱਲਣ ਦੇਣੀ ਜੀ, ਅਸੀਂ ਖਤਮ ਕਰਕੇ ਰਹਾਂਗੇ ਨਸ਼ਾ। ਸੋ ਦੇਖਿਆ ਜਾਵੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਫੈਲਦਾ ਨਜ਼ਰ ਆ ਰਿਹਾ, ਵੱਡੇ ਮਗਰ ਮੱਛਾਂ ਦੀ ਗੱਲ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਤਾਂ ਛੋਟੀਆਂ ਮੱਛੀਆਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਵੀ ਛੱਡ ਦਿੱਤਾ ਜਾਂਦਾ ਹੈ। ਫਿਰ ਵੱਡੇ ਵੱਡੇ ਦਾਅਵੇ ਸਰਕਾਰਾਂ ਕਿਉਂ ਕਰਦੀਆਂ ਨੇ ਜਦੋਂ ਇਹ ਦਾਅਵੇ ਬਾਅਦ ਦੇ ਵਿੱਚ ਖੋਖਲੇ ਸਾਬਿਤ ਹੁੰਦੇ ਨੇ? ਬਿਊਰੋ ਰਿਪੋਰਟ, ਛਣਕਾਟਾ ਨਿਊਜ਼।